ਹਲਕਾ ਖਜੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਂਗਰਸ ਤੇ ਤੰਜ ਕੱਸਦਿਆਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੇ ਖਿਲਾਫ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਕਾਂਗਰਸ ਸੂਬੇ ਵਿੱਚ ਸੱਤਾ ਤੇ ਕਾਬਜ਼ ਹੋਈ ਹੈ ਅਤੇ ਹੁਣ ਪੰਜਾਬ ਦੇ ਲੋਕ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਝੂਠ ਬੋਲਣ ਵਾਲਿਆਂ ਨੂੰ ਸਬਕ ਸਿਖਾ ਕੇ ਕੇਂਦਰ ਵਿੱਚ ਭਾਜਪਾ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪਿੱਛੇ ਦੋ ਵਾਰ ਅਕਾਲੀ ਭਾਜਪਾ ਸਰਕਾਰ ਸੱਤਾ 'ਚ ਰਹੀ ਹੈ ਅਤੇ ਉਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰ ਵਿੱਚ ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚ ਕਰੋੜਾਂ ਰੁਪਏ ਦਾ ਵਿਕਾਸ ਕਰਵਾ ਕੇ ਪੰਜਾਬ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਗਿਆ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ MC ਹੈ, ਕੌਂਸਲਰ ਹੈ ਕਪੂਰਥਲਾ ਸ਼ਹਿਰ ਦੇ, ਸਾਰੀਆਂ ਵਾਰਡਾਂ ਦੇ ਜਿਹੜੇ ਕੌਂਸਲਰ ਜਿੱਤੇ ਜਾਂ ਜਿਹੜੇ ਕੌਂਸਲਰ ਹਾਰੇ ਹੈ ਜਾਂ ਸਾਬਕਾ MC ਹੈ, ਉਹ ਸਾਰੇ ਅਸੀਂ ਬੁਲਾਏ ਹੈ ਅਤੇ ਸਾਰੀਆਂ ਵਾਰਡਾਂ ਦੇ ਵਿੱਚ ਕੰਮ ਕਰਨ ਵਾਸਤੇ ਅਸੀਂ ਟੀਮਾਂ ਤਿਆਰ ਕਰ ਰਹੇ ਹਾਂ ਅਤੇ ਉਹਨਾਂ ਨੂੰ ਟਾਈਮ ਦੇਣਾ ਕਿ ਉਹ ਆਪਣੇ ਆਪਣੇ ਜਲਸੇ ਕਰੋ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਸ਼ਹਿਰਾਂ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ। ਹੁਣੇ ਮੈਂ ਸੁਲਤਾਨਪੁਰ ਲੋਧੀ ਭਾਰਤੀ ਜਨਤਾ ਪਾਰਟੀ ਦੇ ਸਾਰੇ ਮੋਹਤਵਾਰ ਸੱਜਣਾਂ ਦੀ ਮੀਟਿੰਗ ਕਰਕੇ ਆਈ ਹਾਂ ਅਤੇ ਜਿਹੜੀ ਅੱਜ ਨੈਸ਼ਨੈਲਿਟੀ ਲੋਕਾਂ ਦੇ ਅੰਦਰੋਂ ਨਿਕਲ ਰਹੀ ਹੈ ਅਤੇ ਜਿਹੜੇ ਮਜ਼ਬੂਤ ਸਰਕਾਰ ਬਣਾਉਣ ਵਾਸਤੇ ਲੋਕਾਂ ਨੇ ਇਰਾਦਾ ਬਣਾਇਆ ਹੋਇਆ, ਮੈਨੂੰ ਲੱਗਦਾ ਕਿ ਸਾਡੀ ਆਹ ਜਿਹੜੀ ਆਉਣ ਵਾਲੀ ਸਰਕਾਰ ਬਣੇਗੀ ਬੜੀ ਮਜ਼ਬੂਤ ਸਰਕਾਰ ਬਣੇਗੀ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਲੋਕਾਂ ਨੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼, ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਖਿਲਾਫ਼ ਅਤੇ ਜੋ ਪੰਜਾਬ ਸਰਕਾਰ ਦਾ ਪਿਛਲੇ ਸਮੇਂ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਾਰੀ ਸਰਕਾਰ ਨੇ ਜੋ ਵਿਕਾਸ ਪੰਜਾਬ ਦਾ ਕੀਤਾ ਸੀ, ਜੋ ਪੰਜਾਬ ਦੇ ਲੋਕਾਂ ਦੀ ਸੁਵਿਧਾਵਾਂ ਬਣਾਈਆਂ ਸਨ, ਜੋ ਵੱਡੇ ਵੱਡੇ ਪ੍ਰੋਜੈਕਟ ਲੈਂਦੇ ਸਨ ਭਾਰਤ ਸਰਕਾਰ ਵਿੱਚੋਂ ਅਤੇ ਜੋ ਫਲਾਈਓਵਰ ਬ੍ਰਿਜ ਜਾਂ 4-ਲੇਨ ਸੜਕਾਂ ਬਣਾਈਆਂ ਸੀ, ਹਸਪਤਾਲ ਬਣਾਏ ਸੀ, ਯੂਨੀਵਰਸਿਟੀਆਂ ਬਣਾਈਆਂ ਸੀ, ਏਅਰਪੋਰਟ ਬਣਾਏ ਸੀ, ਅੱਜ ਲੋਕਾਂ 'ਚੋਂ ਸਾਰੇ ਜਿਹੜੇ ਕੰਮ ਬੋਲਦੇ ਆ ਕਿ ਇਸ ਸਰਕਾਰ ਨੇ ਅਜੇ ਤੱਕ ਜਿਹੜੇ ਝੂਠੇ ਵਾਅਦੇ ਕੀਤੇ ਸੀ ਇੱਕ ਵੀ ਸ਼ੁਰੂ ਵੀ ਨਹੀਂ ਕੀਤਾ। ਸੋ ਇਸ ਕਰਕੇ ਮੈਂ ਸਮਝਦੀ ਹਾਂ ਲੋਕਾਂ ਦੀ ਸਰਕਾਰ ਵਿੱਚ ਨਿਰਾਸ਼ਤਾ ਅਤੇ ਆਪਣੀ ਸਰਕਾਰ ਬਣਾਉਣ ਵਿੱਚ ਬੜੀ ਵੱਡੀ ਆਸਥਾ ਪੈਦਾ ਹੋ ਰਹੀ ਹੈ। ਸੋ ਮੈਂ ਧੰਨਵਾਦੀ ਹਾਂ ਸਾਰੇ MC ਸਾਹਿਬਾਨ, ਬਹੁਤ ਵੱਡੀ ਗਿਣਤੀ 'ਚ ਆਏ ਆ ਅਤੇ ਉਹਨਾਂ ਦੇ ਹੁਣ ਅਸੀਂ ਸਾਰਾ ਡਿਸਕਸ ਕਰਾਂਗੇ।